ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈੱਲ ਆਈਕਨ ਦਬਣਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਜਗਦੀਪ ਅੱਜ ਇਸ਼ਮਨ ਹੋਰਾਂ ਦੀ ਇੱਕ ਹੋਰ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਜਦੋਂ ਪੱਕੀਆਂ ਫਸਲਾਂ 'ਤੇ ਬੇਵਕਤ 'ਤੇ ਮੀਂਹ ਮਾਰ ਕਰਦੇ ਨੇ, ਪੇਸ਼ ਨੇ ਉਹ ਖਿਆਲ ਇਸ਼ਮਨ ਹੋਰਾਂ ਦੀ ਕਲਮ ਤੋਂ। ਰੱਬਾ ਕਾਲਾ ਚਿਹਰਾ ਵੇਖ ਤੇਰਾ, ਕਣਕਾਂ ਹੌਂਕੇ ਭਰਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ। ਰੱਬਾ ਕਾਲਾ ਚਿਹਰਾ ਵੇਖ ਤੇਰਾ, ਕਣਕਾਂ ਹੌਂਕੇ ਭਰਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ। ਤੱਕ ਕਾਲਸ ਘੁਲੀ ਅਸਮਾਨਾਂ ਵਿੱਚ, ਰੰਗ ਜਿਹਾ ਉੱਡ ਗਿਆ ਚਿਹਰੇ ਤੋਂ, ਕਿੰਨੇ ਰੁੱਖ ਸਾਂਭੀ ਫਿਰਦਾ ਏ, ਹੁਣ ਡਰ ਜੇ ਆਉਂਦਾ ਵਿਹੜੇ ਤੋਂ। ਪੱਗਾਂ ਨੂੰ ਤੈਹਾਂ ਮਾਰੀਆਂ ਨੇ, ਉਹ ਉਖੜੇ ਚਿਹਰੇ ਪੜਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ। ਵੱਡੀ ਨੂੰ ਪੇਕੇ ਤੋਰਨਾ ਏ, ਨਿੱਕੀ ਸਕੂਲੇ ਜਾਂਦੀ ਏ, ਕਰਜ਼ੇ ਦੀ ਪੰਡ ਬੜੀ ਭਾਰੀ, ਉਹਨੂੰ ਚਿੰਤਾ ਵੱਡ ਵੱਡ ਖਾਂਦੀ ਏ। ਟਲ ਜਾਏ ਅੱਜ ਬਾਹਰ ਜਾਵਣ ਤੋਂ, ਬੂਹੇ ਮਲ ਮਲ ਖੜਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ। ਕਣਕਾਂ ਨਾ ਡਿੱਗਦੀਆਂ ਵੇ ਰੱਬਾ, ਬਾਪੂ ਦੇ ਹੌਂਸਲੇ ਡਿੱਗਦੇ ਨੇ, ਮੀਹਾਂ ਨਾਲ ਫਸਲ ਨਹੀਂ ਭਿੱਜਦੀ ਵੇ, ਲੜ ਚੁੰਨੀਆਂ ਦੇ ਭਿੱਜਦੇ ਨੇ। ਕਣਕਾਂ ਨਾ ਡਿੱਗਦੀਆਂ ਵੇ ਰੱਬਾ, ਬਾਪੂ ਦੇ ਹੌਂਸਲੇ ਡਿੱਗਦੇ ਨੇ, ਮੀਹਾਂ ਨਾਲ ਫਸਲ ਨਹੀਂ ਭਿੱਜਦੀ ਵੇ, ਲੜ ਚੁੰਨੀਆਂ ਦੇ ਭਿੱਜਦੇ ਨੇ। ਉਂਗਲਾਂ ਫੜ ਤੁਰਨਾ ਸਿੱਖਿਆ ਜੋ, ਰੋਕਣ ਲਈ ਬਾਹਾਂ ਫੜਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ। ਰੱਬਾ ਕਾਲਾ ਚਿਹਰਾ ਵੇਖ ਤੇਰਾ, ਕਣਕਾਂ ਹੌਂਕੇ ਭਰਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ, ਵੇਖ ਬੇਵਕਤੇ ਆਏ ਨੂੰ ਸਲਫਾਸਾਂ ਓਹਲੇ ਧਰਦੀਆਂ ਨੇ। ਦੋਸਤੋ, ਇਹ ਸੀ ਇਸ਼ਮਨ ਹੋਰਾਂ ਦੀ ਕਲਮ ਤੋਂ ਅੱਜ ਦੀ ਰਚਨਾ। ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੀ ਵਾਰੀ ਫਿਰ ਇੱਕ ਨਵੀਂ ਕਲਮ, ਇੱਕ ਨਵੀਂ ਰਚਨਾ ਦੇ ਨਾਲ ਹਾਜ਼ਰ ਹੁੰਦੇ ਹਾਂ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।